ਤੁਹਾਨੂੰ এনवायरमेंटਲ ਮੈਨ ਦੇ ਨਾਲ ਵੀ ਜਾਣਿਆ ਜਾ ਰਿਹਾ ਹੈ ਇਹ ਉਪਲਬਧੀ ਕਿਸ ਤਰ੍ਹਾਂ ਮਿਲੀ ਹੈ ਤੁਹਾਨੂੰ ਨਹੀਂ ਪਤਾ ਮੈਨੂੰ ਕਿਉਂ ਕਹਿੰਦਾ ਇਹ ਕਿਸ ਨੇ ਕਿਹਾ ਨਾਮ ਹੈ ਦੇ ਅੱਡੇ ਦੇ ਅਹੁਦੇ ਦਾ ਅ ਮਤਲਬ ਕਾਬਲ ਹੈ ਅਸੀਂ ਵਰਟੀਕਲ ਗਾਰਡਨ ਤੇ ਜੰਗਲਾਂ ਨੂੰ ਲਗਾ ਕੇ 9 ਲੱਖ ਤੇ ਪਲੱਸ ਪੇੜ ਪੌਦੇ ਲਗਾ ਚੁੱਕੇ ਹਾਂ ਅਸੀਂ ਇੱਕ ਪਲਾਸਟਿਕ ਟਿੱਡਾ ਹਸਪਤਲ ਖੋਲ੍ਹਿਆ ਜਿਹਦਾ ਇੱਕ ਟੂਲ ਫ੍ਰੀ ਨੰਬਰ ਵੀ ਹੈ ਉਹਦੇ ਚ ਸਾਨੂੰ ਸਾਡਾ ਕਾਫੀ ਬੋਟਨੀਸ, ਟੀ ਲਵਰ, এনवायरमेंटਲ ਸਾਇੰਟਿਸਟs ਪੀਏਯੂ ਦੇ ਸਾਇੰਟਿਸਟ ਹਨ ਜੁੜੇ ਹੋਏ ਨੇ ਅੱਜ ਆ ਨਾਸਾ ਕਹ ਰਿਹਾ ਕਿ ਘਰ ਦੇ ਚ ਤਿੰਨ ਪlant ਹੋਣੇ ਚਾਹੀਦੇ ਨੇ ਸਾਡੇ ਪੁਰਾਣੇ ਪੰਜ 50 ਸਾਲ ਦੇ ਪਤਾ ਸੀ ਕਿ ਘਰ ਦੇ ਬਾਗ ਤੁਲਸੀ ਹੋਏਗੀ ਤੇ ਹਵਾ ਸ਼ੁੱਧੋ ਕੀ ਆਏਗੀ ਯੂਰੋਪੀਅਨ ਯੂਨੀਵਰਸਿਟੀ ਯੂਰੋਪੀਅਨ ਸਾਇੰਟਿਸਟ ਜਿਹੜੇ ਡਾਕਟਰ ਅਗੇ ਨਾ ਪ੍ਰਸਕਾਈਬ ਕਰਨਾ ਸ਼ੁਰੂ ਹੋ ਗਏ ਨੇ ਕਿ ਤੁਹਾਨੂੰ ਜੰਗਲ ਚ ਵਾਕ ਕਰਨਾ ਚਾਹੀਦਾ ਤੁਹਾਡਾ ਬੀਪੀ ਨੋਰਮਲ ਹੋ ਜਾਏਗਾ ਬਾਕੀ ਬਾਕੀ ਚ ਜੇ ਨੋਰਮਲ ਹੋ ਜਾਏਗੀ ਕਾਫੀ ਲੋਗਾਂ ਨੇ ਆਪਣੇ ਫਾਰਮ ਹਾਊਸਿਸ ਦੀ ਕੁਝ ਜਗ੍ਹਾ ਸੰਦੇਤੀ ਹੈ ਜਬ ਤਾਂ ਕਿ ਜੰਗਲ ਬਣਾ ਸਕੀਆ ਸੀ ਮੀਟਲੀ ਤੁਸੀਂ ਆਪਣੇ ਘਰ ਚ ਕਿੰਨਾ ਇੱਕ ਪਲਾਂਟਸ ਜਿਹੜੇ ਨੇ ਉਹ ਲਗਾਏ ਹੋਏ ਨੇ ਇੱਥੇ 3-4 ਸਾਲ ਪ੍ਰਾਪਤ ਤਿੰਨ ਮੀਨਿਮ ਹੋ ਗਈ ਹੋਈ ਆਪਣੇ ਘਰ ਦੇ ਵਿੱਚ ਜਿਹੜਾ ਤੁਸੀਂ ਜਿੱਥੇ ਤੁਸੀਂ ਬੈਠੇ ਹੋ ਹੋ پرو ਪੰਜਾਬ ਟੀਵੀ ਦੇ ਉੱਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰ ਰਵੀ ਬਖਸ਼ ਸਿੰਘ ਅਰਸ਼ੀ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਵਾਤਾਵਰਨ ਵਾਤਾਵਰਨ ਜੋ ਕਿ ਅਸੀਂ ਇਸ ਵਕਤ ਭੋਗ ਰਹੇ ਆ ਹਵਾ ਦੇ ذریعے ਪਾਣੀ ਦੇ ذریعے ਚਾਹੇ ਉਹ ਜ਼ਮੀਨ ਦੇ ذریعے ਜੋ ਕਿ ਅਸੀਂ ਪਲਾਂਟਸ ਉਗਾ ਕੇ ਜਾਂ ਜਿਹੜੀਆਂ ਵੀ ਅਸੀਂ ਫਸਲਾਂ ਲਗਾ ਕੇ ਖਾ ਰਹੇ ਆ ਇਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਸ ਨੇ ਕਿ ਆਪਣਾ ਜੀਵਨ ਜੋ ਹੈ ਉਹ ਵਾਤਾਵਰਨ ਨੂੰ ਸਮਰਪਿਤ ਕਰ ਦਿੱਤਾ ਹੈ ਖਾਸ ਕਰਕੇ ਪਲਾਂਟੇਸ਼ਨ ਨੂੰ ਔਰ ਮੈਂ ਦੱਸਣਾ ਚਾਹਵਾਂਗਾ ਕਿ ਉਹਨਾਂ ਨੇ ਹੁਣ ਤੱਕ ਤਕਰੀਬਨ 9 ਲੱਖ ਬੂਟਾ ਜੋ ਹੈ ਉਹ ਹੁਣ ਤੱਕ ਲਗਾ ਚੁੱਕੇ ਨੇ ਕਿਉਂਕਿ ਕੋਵਿਡ ਦਾ ਪਿੱਛੇ ਜੇ ਜਦੋਂ ਸਮਾਂ ਗਿਆ ਏ ਤਾਂ ਆਕਸੀਜਨ ਦੀ ਕਾਟ ਕਰਕੇ ਪੂਰੇ ਦੇਸ਼ ਦੇ ਵਿੱਚ ਹੜਕੰਪ ਮਚਿਆ ਰਿਹਾ ਏ ਕਈ ਮੋਤਾਂ ਹਸਪੀਟਲਸ ਦੇ ਵਿੱਚ ਹੋ ਗਈਆਂ ਨੇ ਕਿਉਂਕਿ ਆਕਸੀਜਨ ਦੀ ਕਮੀ ਰਹੀ ਹੈ ਔਰ ਉਦੋਂ ਸਾਰੇ ਹੀ ਜੋ ਆ ਜਿੰਨੇ ਵੀ ਵਿਦਵਾਨ ਸਨ ਜਾਂ ਜਿੰਨੇ ਵੀ ਹੋਰ ਇੰਟੈਲੈਕਚੁਅਲ ਲੋਕ ਸਨ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਪੇੜ ਪੌਦੇ ਜੋ ਹੈ ਉਹ ਸਾਨੂੰ ਕੁਦਰਤ ਦੀ ਨਿਯਮਤ ਹੈ ਜੇਕਰ ਪੇੜ ਪੌਦੇ ਵੱਧ ਜਾਣ ਤਾਂ ਇਹ ਆਕਸੀਜਨ ਦੀ ਕਮੀ ਨਾ ਆਉਂਦੀ ਤੇ ਸ਼ਾਇਦ ਇੰਨੀਆਂ ਜਾਨਾਂ ਜਿਹੜੀਆਂ ਨੇ ਜੋ ਅਜਾਈ ਚਲੀਆਂ ਗਈਆਂ ਨੇ ਉਹ ਬਚ ਸਕਦੀਆਂ ਤੇ ਇਹ ਸਭ ਦੇ ਲਈ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਰੋਹਿਤ ਮੈਰਾ ਜੀ ਜੋ ਕਿ ਬਤੌਰ ਆਈਆਰਐਸ ਨੇ ਔਰ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਅੰਮ੍ਰਿਤਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਹਾਨੂੰ এনवायरमेंटਲ ਮੈਨ ਦੇ ਨਾਲ ਵੀ ਜਾਣਿਆ ਜਾ ਰਿਹਾ ਹੈ ਇਹ ਉਪਲਬਧੀ ਕਿਸ ਤਰ੍ਹਾਂ ਮਿਲੀ ਹੈ ਤੁਹਾਨੂੰ ਅ ਦੇਖੋ ਮੇਰਾ ਪੇੜ ਪੌਦਿਆਂ ਨਾਲ ਪਿਆਰ ਹੈ ਅ ਮੈਂ ਸਿਰਫ ਇਹ ਸੋਚਣਾ ਪਿਆ ਜਾਂ ਮੈਂ ਪੇੜ ਪੌਦੇ ਲਗਾਣਾ ਤੇ ਉਹਦੇ ਕਰਨ ਇਹ ਮੇਰੀ ਸਿੰਪਲ ਡਿਊਟੀ ਹੈ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਕਹਿੰਦਾ ਇਹ ਕਿਸ ਨੇ ਕਿਹਾ ਨਾਮ ਹੈ ਦੇ ਅਡੇ ਵੱਡੇ ਔਦੇ ਦਾ ਅ ਮਤਲਬ ਕਾਬਲ ਹੈ ਕਿੰਨਾ ਬੂਟਾ ਹੁਣ ਤੱਕ ਤੁਸੀਂ ਜੋ ਹੈ ਉਹ ਲਗਾ ਚੁੱਕੇ ਹੋ ਅਸੀਂ ਵਰਟੀਕਲ ਗਾਰਡਨ ਤੇ ਜੰਗਲਾਂ ਨੂੰ ਲਗਾ ਕੇ 9 ਲੱਖ ਤੇ ਪਲੱਸ ਪੇੜ ਪੌਦੇ ਲਗਾ ਚੁੱਕੇ ਹਾਂ ਐਚ ਕਾਫੀ ਪੌਦੇ ਵੀ ਨੇ ਕਾਫੀ ਪੇੜ ਵੀ ਨੇ ਅਸੀਂ ਕਲੋਸ ਟੂ ਸੋ ਮਾਈਕ੍ਰੋ ਫੋਰੈਸਟ ਬਣਾ ਚੁੱਕੇ ਹਾਂ ਜਿਹੜਾ ਕਿ 2000 ਸਕਰ ਫੁੱਟ ਤੋਂ ਲੈ ਕੇ 8 ਏਕੜ ਤੱਕ ਹੈ ਅਸੀਂ ਲੇਟਸ ਇੱਕ 8 ਏਕੜ ਦਾ ਜੰਗਲ ਬਣਾ ਰਹੇ ਹਾਂ ਆ ਫੇਰ ਸੁਬਾਹ ਦੇ ਸੀਡ ਬਾਲ ਇੱਕ ਬੜੀ ਸਿੰਪਲ ਟੈਕਨੀਕ ਹੈ ਜਿਹਦੇ ਚ ਤੁਹਾਨੂੰ ਜੇ ਗਿਆਨ ਹੋਏਗਾ ਕਿ ਇੱਕ ਪੇੜ ਨੂੰ ਉਗਣਾ ਸਿਰਫ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਮਿੱਟੀ ਬੀਜ ਤੇ ਨਿਊਟਰੀਐਂਟਸ ਅਸੀਂ ਤਲਾਬੀ ਮਿੱਟੀ ਲੈ ਕੇ ਜਿਹਨੂੰ ਕੀ ਚਿਕਨੀ ਮਿੱਟੀ ਵੀ ਕਹਿੰਦੇ ਨੇ ਉਹਦੇ ਚ ਬੀ ਪਾਇਆ ਮੰਨ ਲਓ ਨਿੰਮ ਦਾ ਬੀ ਪਾਤਾ ਨਾਲ ਥੋੜੀ ਸੁੱਕੀ ਕਾਈ ਪਾਤੀ ਜੇ ਕਿਸੇ ਨਰਸਰੀ ਤੋਂ ਮਿਲ ਜਾਂਦੀ ਹੈ ਉਹਦਾ ਗੋਲਾ ਬਣਾਤਾ ਗੋਲਾ ਸੁੱਕ ਗਿਆ ਜਿੱਥੇ ਵੀ ਸੁੱਟੋਗੇ ਤੇ ਉੱਥੇ ਉਹਦਾ ਪੇੜ ਉੱਗ ਜਾਏਗਾ ਅਸੀਂ ਇਹਨੂੰ ਡਰੋਨ ਦੇ ਨਾਲ ਅਸੀਂ ਇਹਨੂੰ ਸਕੂਲਾਂ 'ਚ ਗੁਰਦੁਆਰਿਆਂ 'ਚ ਮੰਦਰ ਦੇ ਵਿੱਚ ਐਜ਼ ਅ ਪ੍ਰਸ਼ਾਦ ਬਣਵਾਇਆ ਤੇ ਵੰਡਿਆ ਵੀ ਤੀਜਾ ਜਿਹੜਾ ਸਟੈਪ ਉਹ ਵੀ ਬੜਾ ਯੂਨਿਕ ਹੈ ਅਸੀਂ ਵਰਲਡ ਦਾ ਪਹਿਲਾ ਟਰੀ ਐਂਡ ਪlant ਹਸਪੀਟਲ ਸ਼ੁਰੂ ਕੀਤਾ ਜਿੱਦ ਇੱਕ ਐਂਬੂਲੈਂਸ ਵੀ ਹੈ ਦੇਖੋ ਮੇਰਾ ਇਹ ਮੰਨਣਾ ਹੈ ਕਿ ਵਰਲਡ ਦੀ ਪੋਪੂਲੇਸ਼ਨ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਵੈਜੀਟੇਰੀਅਨ ਜਿਹੜੇ ਸਿੱਧੇ ਪਲਾਂਟ ਖਾਂਦੇ ਨੇ ਇੱਕ ਨੋਨ ਵੈਜੀਟੇਰੀਅਨ ਜਿਹੜੇ ਉਹ ਪਲਾਂਟ ਖਾਂਦੇ ਨੇ ਜਿਹੜੇ ਉਹ ਐਨੀਮਲਸ ਖਾਂਦੇ ਨੇ ਜਿਹੜੇ ਕੀ ਇਨਟਰਨ ਪਲਾਂਟਸ ਖਾਂਦੇ ਨੇ ਸੋ ਸਾਡੀ ਜਿਹੜੀ ਵਜੂਦ ਹੈ ਸਾਡੀ ਜਿਹੜੀ ਬਾਡੀ ਹੈ ਸਾਡਾ ਜਿਹੜਾ ਇੰਟਰਨਲ ਮੈਟਾਬੋਲਿਜ਼ਮ ਹੈ ਸਾਡੀ ਜਿਹੜੀ ਬਾਡੀ ਦੀ ਪਰਵਰਿਸ਼ ਹੈ ਉਹ ਡਾਇਰੈਕਟਲੀ ਰਿਲੇਟਿਡ ਹੈ ਪਲਾਂਟਸ ਦੀ ਹੈਲਥ ਨਾਲ ਤੇ ਐਸਾ ਨਵਾਂ ਲਗਾ ਕਿ ਐਸਾ ਕਿਸੇ ਨੇ ਵਿਚਾਰ ਨਹੀਂ ਕੀਤਾ ਅਸੀਂ ਅ ਇੱਕ ਪਲਾਸ ਦਾ ਪੱਤੀ ਦਾ ਹਸਪਤਲ ਖੋਲ੍ਹਿਆ ਜਿਹਦਾ ਇੱਕ ਟੂਲ ਫਰੀ ਨੰਬਰ ਵੀ ਆ ਤੇ ਉਹਦੇ ਚ ਸਾਨੂੰ ਸਾਨੂੰ ਕਾਫੀ ਬੋਟਨਿਸਟ ਜੀਓਲੋਜਿਸਟ सॉरी ਬੋਟਨਿਸਟ ਟੀ ਲਵਰ এনवायरमेंटਲ ਸਾਇੰਟਿਸਟ ਫਿਰ ਪੀਏਯੂ ਦੇ ਸਾਇੰਟਿਸਟ ਨਾਲ ਜੁੜੇ ਹੋਏ ਨੇ ਤੇ ਅਸੀਂ ਲੋਕਾਂ ਦੀ ਔਨਲਾਈਨ ਸੋਲੂਸ਼ਨ ਵੀ ਦਿੰਦੇ ਆ ਤੇ ਜਿੱਥੇ ਜਮਾਲੋ ਅਮਿਸਰ ਦੇ ਵਿੱਚ ਗਾ ਤੇ ਜਿੱਥੇ ਵੀ ਜਾਨਪਵਯਤ ਕਿ ਜਾ ਕੇ ਸੀ ਆਪ ਹੈਲਪ ਕਰਨੇ ਬਿਲਕੁਲ ਇਹ ਤੁਸੀਂ ਸਰਵਿਸਿਜ਼ ਦੇ ਰਹੇ ਹੋ ਮੈਂ ਮਹਾਰਾਜ ਜੀ ਤੁਹਾਡੇ ਕੋਈ ਇਹ ਜਾਨਣਾ ਚਾਹਨਾ ਕਿ ਕਿਉਂ ਅੱਜ ਜ਼ਰੂਰਤ ਕਿਉਂ ਹੈ ਇਹ ਟੀਜ਼ ਦੀ ਕਿੰਨੀ ਜ਼ਿਆਦਾ ਮਤਲਬ ਇਸ ਵਕਤ ਲੋਡ ਹੈ ਦੇਖੋ ਐਪ ਇਸ ਜਗ੍ਹਾ ਕਿ ਨੇ ਸਾਡੇ ਇੰਸਿਸਟਰ ਹੈ ਸਾਡੇ ਪੂਰਵ ਜਗ੍ਹਾ ਨੇ ਪਹਿਲੋ ਦੁਨੀਆ ਚਾਹੇ ਫਿਰ ਅਸੀ ਆਏ ਤੇ ਇੱਕ ਥਰਡ ਦੇ ਵਿੱਚ ਤੁਸੀਂ ਸਾਇੰਸ ਦੇ ਚੈਪਟਰ ਪੜ ਲਓ ਕੀ ਜੋ ਵੀ ਅਸੀਂ ਬਾਹਰ ਕੱਢਨੇ ਹਾਂ 2CO2 ਐਕਸਹੇਲ ਕਰਨੇ ਆ ਇਨਫਾਰਮਸ ਆਫ ਕਾਰਬਨ ਡਾਈਆਕਸਾਈਡ 3 ਇਸ ਨੂੰ ਇਨਹੇਲ ਕਰਦੇ ਨੇ ਸਾਡੇ ਲੰਗਸ ਆਕਸੀਜਨ ਨੂੰ ਇਨਹੇਲ ਕਰਦੇ ਨੇ ਤੇ ਜਿਹੜੇ ਲੰਗਸ ਆ ਪੂਰੀ ਬੋਡੀ ਚ ਪਹੁੰਚਾਉਂਦੇ ਨੇ 3s اور فارسٹ ار ਲੰਗਸ ফর ધ ਪਲੈਨਟ ਇਹ ਤਰਤ ਮਾਦੇ ਲੰਗਸ ਅਗੇ ਨੇ ਜੇ ਇਹ ਨਹੀਂ ਰਹਿਣਗੇ ਤੇ ਸਾਡਾ ਸਰਵਲ ਅਸੰਭਵ ਕੀ ਮੰਨਦੇ ਹੋ ਕੀ ਅੱਜ ਦੇ ਯੁੱਗ ਦੇ ਵਿੱਚ ਇਨਸਾਨ ਨੂੰ ਕਿੰਨੇ ਬੂਟਾ ਜੋ ਹੈ ਉਹ ਲਗਾਣਾ ਚਾਹੀਦਾ ਕਿਉਂਕਿ ਹੁਣ ਅਸੀਂ ਵੇਖਦੇ ਹਾਂ ਕਿ ਜੰਗਲ ਤੇ ਬੜੇ ਘਟਦੇ ਜਾਂਦੇ ਨੇ ਇਨਸਾਨ ਜੋ ਹੈ ਇਹ ਬੂਟੇ ਨੂੰ ਕੱਟਦਾ ਜਾਂਦਾ ਹੈ ਉਹ ਡਿਵੈਲਪਮੈਂਟ ਦੇ ਨਾਮ ਤੇ ਇਹ ਉਹ ਤੇ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਦੇਖੋ ਮੈਨੂੰ ਲੱਗਦਾ ਕਿ ਪਲਾਂਟ ਤੇ ਟ੍ਰੀ ਸਾਡੇ ਹਿੱਸੇ ਬਹੁਤ ਜ਼ਰੂਰੀ ਹੈ ਸਾਡੇ ਸੰਸਕਾਰਾਂ ਦੇ ਵਿੱਚ ਸਾਡੀ ਸਾਡੀ ਐਂਸ਼ੀਅੰਟ ਵਿਜ਼ਡਮ ਦੇ ਵਿੱਚ ਪੰਜ ਪੇੜ ਪੰਚਵਤੀ ਕਹਿੰਦੇ ਸੀ ਉਹ ਲਗਾਉਂਦੇ ਲਗਾਉਂਦੇ ਸੀ ਅੱਜ ਨਾਸਾ ਕਹ ਰਿਹਾ ਕਿ ਘਰ ਦੇ ਚ ਤਿੰਨ ਪਲਾਂਟ ਹੋਣੇ ਚਾਹੀਦੇ ਨੇ ਸਾਡੇ ਪੁਰਖਿਆਂ ਨੂੰ 5000 ਸਾਲ ਪhle ਪਤਾ ਸੀ ਕਿ ਘਰ ਦੇ ਬਾਗ ਤຸນਸੀ ਹੋਏਗੀ ਤੇ ਹਵਾ ਸ਼ੁੱਧੋ ਕੀ ਆਏਗੀ ਨਾਓ ਜੇ ਤੁਸੀਂ ਫਿਨਲੈਂਡ ਜਾਂ ਸਕੈਂਡੀਨਵੀਅਨ ਕੰਟਰੀ ਦੀ ਗੱਲ ਕਰੋ ਉੱਥੇ ਉਹਨਾਂ ਨੇ ਦੋ-ਦੋ ਘੰਟੇ ਦਾ ਪੀਰੀਅਡ ਡੇਲੀ ਸ਼ੁਰੂ ਕਰਤਾ ਹੈ ਫੋਰੈਸਟ ਵਾਕ ਯੂਰੋਪੀਅਨ ਵੈਸਟਨ ਯੂਰੋਪੀਅਨ ਸਾਇੰਟਿਸਟ ਜਿਹੜੇ ਡਾਕਟਰ ਅਗੇ ਨੇ ਪ੍ਰਸਕਾਈਬ ਕਰਨਾ ਸ਼ੁਰੂ ਕਰ ਗਏ ਨੇ ਕਿ ਤੁਹਾਨੂੰ ਜੰਗਲ ਚ ਵਾਕ ਕਰਨਾ ਚਾਹੀਦਾ ਤੁਹਾਡਾ ਬੀਪੀ ਨੋਰਮਲ ਹੋ ਜਾਏਗਾ ਤੁਹਾਡੀ ਬਾਕੀ ਚੀਜ਼ਾਂ ਨੋਰਮਲ ਹੋ ਜਾਏਗੀ ਸੋ ਪਲਾਂਟਸ ਸਾਡੇ ਵੈਰੀ ਐਗਜ਼ਿਸਟੈਂਸ ਦੇ ਸੇ ਜ਼ਰੂਰੀ ਹੈ ਜੇਸੀਂ ਸੋਚ ਲਈ ਕਿਸੇ ਪਲਾਂਟ ਦੇ ਬਿਨਾਂ ਰਹਿ ਲਾਂਗੇ ਉਹ ਜੀਵਨ ਨਹੀਂ ਚਲੇਗਾ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਮੋਟਿਵ ਕਰਨ ਮੋਟੀਵੇਟ ਕਰਦੇ ਹੋ ਲੋਕ ਤੁਹਾਡਾ ਸੰਪਰਕ ਕਰ ਲੈਣ ਜੇਕਰ ਪਲਾਂਟਸ ਵਾਸਤੇ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਅਸੀਂ ਕਾਫੀ ਲੋਕਾਂ ਨਾਲ ਜੁੜ ਗਏ ਨੇ ਕਿਉਂਕਿ ਅਸੀਂ ਜੰਗਲ ਬਣਾਏ ਨੇ ਅਸੀਂ ਵਰਟੀਕਲ ਗਾਰਡਨ ਬਣਾਏ ਨੇ ਜਿੱਦੇ ਤੁਸੀਂ ক্লোਜ਼ ਟੂ ਸਟਨ ਵੇਸਟ ਪਲਾਸਟਿਕ ਬੋਟਲ ਨੂੰ ਯੂਜ਼ ਕੀਤਾ ਹੈ ਵੇ ਅਸੀਂ ਸਾਡਾ ਫੇਸਬੁਕ ਪੇਜ ਆ ਸਾਡਾ ਟਵਿੱਟਰ ਅਕਾਊਂਟ ਹੈ ਸਾਡੇ ਲੋਕ ਜੁੜਦੇ ਨੇ ਜਿੱਤੋਂ ਵੀ ਸਾਨੂੰ ਮਦਦ ਚਾਹੀਦੀ ਮਦਦ ਜਿੰਨੀ ਵੀ ਕਰ ਸਕਣੇ ਅਸੀਂ ਮਦਦ ਕਰਨੇ ਆ ਕਾਫੀ ਲੋਕਾਂ ਨੇ ਆਪਣੇ ਫਾਰਮ ਹਾਊਸਿਸ ਦੀ ਕੁਝ ਜਗ੍ਹਾ ਸਾਨੂੰ ਦਿੱਤੀ ਹੈ ਤਾਂਕਿ ਇਹ ਜੰਗਲ ਬਣਾ ਸਕੀਏ ਜੰਗਲ ਇੱਕ ਐਸਾ ਕਨਸੈਪਟ ਹੈ ਕਿ ਇੱਕ ਐਸੀ ਜਗ੍ਹਾ ਜਿੱਥੇ ਬਹੁਤ ਹੀ ਡੈਂਸ ਪਲਾਂਟੇਸ਼ਨ ਹੁੰਦੀ ਹੈ ਇਹ ਸਾਡੀ ਜੁਆਇੰਟ ਫੈਮਿਲੀ ਹੈ ਉਹਦੇ ਚ ਮੰਨ ਲਓ ਮਾਤਾ ਪਿਤਾ ਚਾਚਾ ਚਾਚਾ ਚਾਚੀ ਤਾਇਆ ਦਾਈ ਦਾਦਾ ਦਦੀ ਬੱਚੇ ਉਂਝੀ ਜੰਗਲ ਦੇ ਵਿੱਚ ਭਾਂਤ ਭਾਂਤ ਤਰ੍ਹਾਂ ਦੇ ਪਲਾਂਟਸ ਹੁੰਦੇ ਨੇ ਕੁਝ ਵੱਡੇ ਇਹਨੂੰ ਕਨੋਪੀ ਟਰੀਸ ਕਹਿੰਦੇ ਹੋ ਕੁਝ ਮੀਡੀਅਮ ਹਾਈਟ ਦੇ ਕੁਝ ਕ੍ਰੀਪਰਸ ਕੁਝ ਕਲਾਈਮਬਰਸ ਕੁਝ ਕੁਝ ਬੁਸ਼ੇਸ ਤੇ ਇਹ ਇੱਕ ਦੂਜੇ ਦੇ ਪੂਰਕ ਹੁੰਦੇ ਨੇ ਕਿ ਦੂਜੇ ਨੂੰ ਡਿਵੈਲਪ ਕਰਦੇ ਨੇ ਤੇ ਅਸੀਂ ਜਿਹੜੇ ਜੰਗਲ ਲਗਾਏ ਨੇ ਉਹ 10-10 ਸਾਲਾਂ ਵਿੱਚ 25-25 ਫੁੱਟ ਵੱਧ ਗਏ ਨੇ ਤੁਸੀਂ ਦਿਸੇ ਦਾ ਕਨਸੈਪਟ ਆਫ ਮਾਈਕ੍ਰੋਫੋਨਸ ਅਪ੍ਰੋਕਸੀਮੇਟਲੀ ਤੁਸੀਂ ਆਪਣੇ ਘਰ ਜਿੱ ਕਿੰਨਾ ਇੱਕ ਪਲਾਂਟਸ ਜਿਹੜੇ ਨੇ ਉਹ ਲਗਾਏ ਹੋਏ ਨੇ ਇੱਥੇ 3-4 ਹਜ਼ਾਰ ਪਲਾਂਟਸ ਤੇ ਮਿਨੀਮ ਹੋਈ ਗਈ ਹੋਵੇਗਾ ਆਪਣੇ ਘਰ ਦੇ ਵਿੱਚ ਜਿਹੜਾ ਤੁਸੀਂ ਜਿੱਥੇ ਤੁਸੀਂ ਬੈਠੇ ਹੋਏ ਹੋ ਮਹਾਰਾਜ ਮੈਂ ਇਹ ਜਾਨਣਾ ਚਾਹਣਾ ਰੋਹੀ ਜੀ ਬੂਟੇ ਬੰਦੇ ਲੈ ਜਾਂਦੇ ਨੇ ਠੀਕ ਹੈ ਪ੍ਰਿੰਦ ਫਿਰ ਜੇ ਉਹਨੂੰ ਬਚਾਉਣਾ ਜਿਵੇਂ ਆ ਜੇ ਉਹ ਖਰਾਬੀ ਆ ਉਹਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਹੈ ਕਿ ਐਸੀ ਐਮਬੂਲੈਂਸ ਵੀ ਤਿਆਰ ਕੀਤੀ ਹੈ ਕਿ ਤੁਸੀਂ ਉਹਦੀ ਵੀ ਹੈਲਪ ਕਰਦੇ ਜਾਂ ਕਿ ਕਿਸ ਤਰ੍ਹਾਂ ਮਤਲਬ ਸਾਰੀ ਇਹ ਤੁਸੀਂ ਕੋਈ ਪ੍ਰਕਿਰਿਆ ਚਲਾਉਂਦੇ ਹੋ ਦੇਖੋ ਨਿਚੇ ਦੇ ਵਿੱਚ ਕੋਈ ਵੀ ਚੀਜ਼ ਜੇ ਅੱਗੇ ਵਧਣਾ ਹੈ ਉਹਨੇ 올ਡ ਵੀ ਹੋਣਾ ਹੈ ਤੇ ਉਹਨੂੰ ਬਿਮਾਰੀਆਂ ਵੀ ਲੱਗਣੀਆਂ ਅਸੀਂ ਆਇਡੈਂਟੀਫਾਈ ਕੀਤਾ ਹੈ ਕਿ ਇੱਕ ਜਿਹੜਾ ਟ੍ਰੀ ਹੈ ਉਹਨੂੰ 32 ਤਰ੍ਹਾਂ ਦੀਆਂ ਪ੍ਰੋਬਲਮ ਹੋ ਸਕਦੀਆਂ ਬੜਾ ਸਿੰਪਲ ਐਗਜ਼ਾਮਪਲ ਤੁਸੀਂ ਦੇਖਿਆ ਹੋਏਗਾ ਤੁਸੀਂ ਟ੍ਰੀ ਗਾਰਡ ਲਗਾ ਦਿੱਤਾ ਪੀੜ ਬੜਾ ਵੱਧ ਗਿਆ ਪਰ ਟ੍ਰੀ ਗਾਰਡ ਅਜੇ ਵੀ ਲੱਗਾ ਆ ਉਹ ਪੀੜ ਦੀ ਗਰੋਥ ਨੂੰ ਵਾਧਨ 'ਚ ਰੋਕਦਾ ਅਸੀਂ ਟ੍ਰੀ ਦੇ ਦੰਦ ਨਾਲ ਬਿਲਕੁਲ ਟਾਈਲਾ ਲਾ ਦੇ ਦੀਆਂ ਨਾ ਟ੍ਰੀ ਨੂੰ ਪਾਣੀ ਮਿਲ ਪੈਂਦਾ ਨਾ ਉਹਨੂੰ ਹਵਾ ਮਿਲ ਪੈਂਦੀ ਹੈ ਫਿਰ ਕਈ ਲੋਕੀ ਤੇ ਦੇ ਵਿੱਚ ਪੇੜ ਦੇ ਵਿੱਚ ਔਖਾਂ ਦੇ ਵਿੱਚ ਟਿਕਾ ਲਗਾ ਦਿੰਦੇ ਜ਼ਹਿਰ ਦਾ ਕਈ ਲੋਕ ਕਿਲ ਲਗਾ ਦਿੰਦੇ ਨੇ ਕਈਆਂ ਨੂੰ ਉਹ ਜਿਹੜੀ ਪੈਰਾਸਾਈਟ ਹੋ ਜਾਂਦੀ ਨੇ ਕਈਆਂ ਨੂੰ ਉਹ ਲੱਗ ਜਾਂਦਾ ਕੁੰਨ ਲੱਗੇ ਹੁੰਦੀ ਹੈ ਅਸੀਂ ਇਹ ਸਾਰੀ ਚੀਜ਼ਾਂ ਨੂੰ ਟ੍ਰੀਟ ਕਰੀਦਾ ਸਾਡੇ ਐਕਸਪਰਟ ਅਗੇ ਨੇ ਜਿਹੜੇ ਮਿਲ ਕੇ ਸਾਂਭਲ ਕਰ ਦਿੰਦੇ ਆ ਟ੍ਰੀ ਐਮਬੂਲੈਂਸ ਕਿਸ ਤਰ੍ਹਾਂ ਵਰਕ ਕਰਦੀ ਏ ਦੋ ਸਾਨੂੰ ਇੱਕ ਨੰਬਰ ਹੈ ਹੈਲਪਲਾਈਨ ਨੰਬਰ ਉਹ ਉੱਤੇ ਮੈਸੇਜ ਆਂਦਾ ਜਾਂ ਫੋਨ ਆਂਦਾ ਅਸੀਂ ਉਹਨਾਂ ਨੂੰ ਪੁੱਛੀਦਾ ਫਿਰ ਅਸੀਂ ਆਪਣੇ ਐਕਸਪਰਟ ਨੂੰ ਪਿੱਛੇ ਭੇਜਿਆ ਟੀਮ ਨੂੰ ਉਹਨਾਂ ਨੂੰ ਦੱਸ ਦਈਏ ਕਿ ਕੀ ਹੋ ਸਕਦਾ ਵਾ ਤੇ ਜੇ ਲੋਕਲ ਸਾਡੇ ਸਟ੍ਰਾਈਕਿੰਗ ਰੇਂਜ ਚ ਹੋਵੇ ਤੇ ਅਸੀਂ ਉੱਥੇ ਜਾ ਕੇ ਲੜਕੇ ਭੇਜੇ ਇਹਨਾਂ ਨੂੰ ਟ੍ਰੀਟ ਕਰਦੇ ਫ੍ਰੀ ਆਫ ਕੋਸਟ ਹੈ ਹਸਪੀਟਲ ਜਿਹੜਾ ਖੋਲਿਆ ਦਾ ਤੁਸੀਂ ਟ੍ਰੀ ਹਸਪੀਟਲ ਉਹਦੇ ਵਿੱਚ ਕੀ ਤਾਂ ਵਰਕਿੰਗ ਹੈ ਉਹਦੇ ਵਿੱਚ ਕੀ ਹੈ ਕਿ ਜਿੰਜਸ ਪੰਚਗਵਯਾ ਹੈ ਬ੍ਰਹਮਾਸਤਰ ਐ ਨੀਮਾਸਤਰ ਹੈ ਇਹ ਜਿਹੜੇ ਅਸੀਂ ਨੇਚਰ ਬੇਸ ਚੀਜ਼ਾਂ ਬਣਾਈਆਂ ਤੇ ਅਸੀਂ ਜਿਹੜੀ ਨੇਚਰ ਬੇਸ ਚੀਜ਼ਾਂ ਹੈ ਨਾਲੀ ਸੀ ਪਲਾਂਟ ਜਾਂ ਟਰੀ ਨੂੰ ਕਿਉਰ ਕਰੀ ਦਵਾ ਤੇ ਉਹ ਜਿਹੜਾ ਹਸਪੀਟਲ ਹੈ ਕਈ ਲੋਕੀ ਦਿੱਤੇ ਆਪਣੇ ਛੋਟੇ ਛੋਟੇ ਪਲਾਂਟ ਵੀ ਲੈ ਆਂਦੇ ਨੇ ਕਿ ਇਹ ਨੂੰ ਕਿਉਰ ਕਰ ਦਿਓ ਗਮਲੇ ਚ ਲੈ ਆਂਦੇ ਨੇ ਇਹ ਲੈ ਆਂਦੇ ਨੇ ਪਰ ਜ਼ਿਆਦਾ ਇਹ ਜਾਨਵਰ ਦੀ ਜਗ੍ਹਾ ਗਈ ਜਿਹਨੇ ਮੰਨ ਲਓ ਕਿ ਵੱਡਾ ਪੇੜ ਆ ਉਥੇ ਜਾਇ ਨਹੀਂ ਜਾ ਸਕਦਾ ਤੇ ਫਿਰ ਆਪਣੇ ਇੱਕ ਐਕਸਪਰਟ ਡਾਕਟਰ ਭੇਜੀ ਦੇ ਰਹੇ ਆਉਣ ਵਾਲੀ ਜਨਰੇਸ਼ਨਸ ਨੂੰ ਜਾਂ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਵੈਰੀ ਸਰਵਾਈਵਲ ਹੈ ਇਟ ਇਜ਼ ਇਨ ਡੇਂਜਰ ਤੁਸੀਂ ਜੇ ਪਲਾਂਟ ਟਰੀ ਜਾਂ ਅ ਪ੍ਰਕਿਰਤੀ ਦੇ ਨਾਲ ਨਹੀਂ ਰਹੋਗੇ ਸਾਡੇ ਪਰਕ੍ਰਿਤੀ ਚ ਪੰਜ ਤੱਤ ਵਗੇ ਨੇ ਠੀਕ ਹੈ ਅ ਪੰਜ ਤੱਤ ਨੂੰ ਨਹੀਂ ਮੇਨਟੇਨ ਕਰੋਗੇ ਜੇ ਤੁਸੀਂ ਜਿਨ ਸਾਡੇ ਸ਼੍ਰੀ ਗੁਰਗ੍ਰੰਥ ਸਾਹਿਬ ਚ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਮਹਤ ਜੇ ਤੁਸੀਂ ਨੂੰ ਨਹੀਂ ਮੇਨਟੇਨ ਕਰੋਗੇ ਤੇ ਐਦਾ ਜਿਹੜਾ ਰੈਪਰਕੂਸ਼ਨ ਹੈ ਸਾਨੂੰ ਵੇਖਣਾ ਅਸੀਂ ਵੇਖ ਰਹੇ ਅੱਜ ਹੀ ਰਿਪੋਰਟ ਆਈ ਹੈ ਕਿ ਗਲੋਬਲ ਵਾਰਮਿੰਗ ਵੱਧਦੀ ਪਈ ਹੈ ਕਿਤੇ ਬਾੜ ਆਂਦੀ ਬਿਗਰੇ ਸੁਕਾਗਾ ਸਾਈਮਲਟੇਨਸਲੀ ਤੇ ਇਹ ਜਿਹੜੀ ਸਾਰੀ ਚੀਜ਼ਾਂ ਆ ਇਹਦਾ ਪ੍ਰਾਇਮ ਕਰਨਾ ਹੈ ਵੀ ਸਾਨੂੰ ਅਸੀਂ ਪ੍ਰਕriti ਮਾਂ ਨੂੰ ਦੁੱਖ ਜਿੰਨੇ ਭਿਆ ਤੇ ਜਦੋਂ ਅਸੀਂ ਨੂੰ ਐ ਅ ਚੀਜ਼ ਨੂੰ ਅਸੀਂ এনवायरमेंट ਦੀ ਕੌਨਸ਼ੀਅਸ ਹੋ ਜਾਾਂਗੇ ਜਿੱਦਾਂ ਠੀਕ ਹੋ ਜਾਣਗੇ ਆਮ ਕਰਕੇ ਕਿਹਾ ਜਾਂਦਾ ਹੈ ਕਿ ਟਾਈਮ ਨਹੀਂ ਨਿਕਲਦਾ ਤੁਸੀਂ ਤੇ ਇੰਨੀ ਵੱਡੀ ਅਉਦੇ ਤੇ ਉੱਤੇ ਵੀ ਹੋ ਜੇ ਤੁਸੀਂ ਟਾਈਮ ਕੱਟ ਸਕਦੇ ਹੋ ਤੇ ਲੋਕ ਕਿੰਨਾ ਕਿੰਨਾ ਟਾਈਮ ਦੇਣ ਤਾਂ ਕਿ ਇਹ ਸਾਰਾ ਕੁਝ ਜੋ ਹੈ ਉਹ ਬਦਲ ਸਕੇ ਦੇਖੋ ਜੇ ਤੁਸੀਂ ਅਮਿਸਰ ਦੀ ਪੋਪੂਲੇਸ਼ਨ 32 ਲੱਖ ਵੀ ਲਗਾਓ ਤੇ ਜੇ ਪਰ ਬੰਦਾ ਸਿਰਫ ਦੋ ਪੇੜ ਲਗਾਵੇ ਇੱਕ ਸਾਲ ਚ ਤੇ ਉਹਨੂੰ ਮੇਨਟੇਨ ਕਰੇ ਝੂੰਠ ਲੱਖ ਪੇੜ ਲਾ ਗੈਂਦੇ ਨੇ ਅਸੀਂ ਇੱਕ ਸਾਲ ਚ ਪੂਰਾ ਅੰਬ੍ਰਿਸਤ ਹਰਾ ਕਰ ਸਕਨੇ ਸਿਰਫ ਇਹ ਵਿਲ ਤੇ ਆਪ ਥੋੜੀ ਅਵੇਰਨੈਸ ਦੀ ਟਬਲ ਹੁੰਦਾ ਜੇ ਇੱਕ ਵਾਰੀ ਤੁਹਾਨੂੰ ਤੁਹਾਡੀ ਵਿਲ ਹੋ ਗਈ ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕੋਈ ਕੋਈ ਬੰਦਾ ਹਿਊਮਨ ਬੀਿੰਗ ਦੀ ਵਿਲ ਨੂੰ ਨਹੀਂ ਰੋਕ ਸਕਦਾ ਤੁਸੀਂ ਹੈਲਪ ਕਰਨ ਲਈ ਤਿਆਰ ਹੋ ਸਾਰੇ ਬਿਲਕੁਲ ਮੈਂ ਕੋਈ ਵੀ ਮੈਨੂੰ ਮੈਸੇਜ ਕਰਦਾ ਕਿਸੇ ਨੂੰ ਪਲਾਂਟ ਚਾਹੀਦਾ ਹੁੰਦਾ ਹੈ ਕੁਝ ਚਾਹੀਦਾ ਹੁੰਦਾ ਅਸੀਂ ਹੈਲਪ ਕਰੀਏ ਅਸੀਂ ਰਾਦਰ ਇੱਥੇ ਹਫ਼ਤੇ ਵਿੱਚ ਇੱਕ ਦਿਨ ਤੁਲਸੀ ਦੇ ਫ੍ਰੀ ਬੂਟੇ ਦੇਈ ਦਿੰਦੇ ਨੇ ਫ੍ਰੀ ਆਫ ਕੋਸਟ ਹੋਏ ਬਿਲਕੁਲ ਫ੍ਰੀ ਆਫ ਕੋਸਟ ਐਬਸੋਲੂਟਲੀ ਅੱਜ ਤੁਸੀਂ ਸੁਣਿਆ ਇਹਨੇ ਰੋਹਿਤ ਮਹਾਰਾਜੀ ਜੋ ਕਿ ਆਈਆਰਐਸ ਨੇ ਬਤੌਰ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਅੰਮ੍ਰਿਤਸਰ ਤਾਇਨਾਤ ਨੇ ਔਰ ਉਹਨਾਂ ਨੇ ਕਿਹਾ ਕਿ ਇੱਕ ਵਿਲ ਹੋਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੀ ਸਰਵਾਈਵਲ ਜਿਹੜੀ ਸਾਡੀ ਹੈ ਉਹ ਪਲਾਂਟੇਸ਼ਨ ਦੇ ਉੱਤੇ ਤੇ ਸਾਡੇ ਵਾਤਾਵਰਣ ਤਾਂ ਹੀ ਸ਼ੁੱਧ ਹੋ ਸਕਦਾ ਹੈ ਜੇ ਅਸੀਂ ਆਪਣੇ ਟਰੀਜ਼ ਨੂੰ ਵੱਧ ਤੋਂ ਵੱਧ ਜੋ ਹੈ ਉਹ ਲਗਾਈਏ ਨਾਲ ਹੀ ਉਹਨਾਂ ਨੇ ਐਗਜ਼ੈਂਪਲ ਦਿੱਤੀ ਹੈ ਕਿ ਜੇ 32 ਲੱਖ ਪੋਪੂਲੇਸ਼ਨ ਅੰਮ੍ਰਿਤਸਰ ਦੀ ਹੈ ਤੇ ਜੇ ਦੋ ਪਲਾਂਟਸ ਇੱਕ ਘਰ ਦੇ ਵਿੱਚ ਲੱਗ ਜਾਣ ਜਾਂ ਕਿਤੇ ਲਗਾ ਦਿੱਤਾ ਜਾਵੇ ਤਾਂ ਇਹ 64 ਲੱਖ ਦੇ ਕਰੀਬ ਜੋ ਬੂਟਾ ਹੈ ਉਹ ਅੰਮ੍ਰਿਤਸਰ ਚ ਲੱਗ ਸਕਦਾ ਹੈ ਤੇ ਜਿਸ ਦੇ ਨਾਲ ਛੁੱਤਾ ਜੋ ਹੈ ਹਵਾ ਦੇ ਵਿੱਚ ਬਹੁਤ ਵੱਧ ਸਕਦੀ ਹੈ ਤੇ ਸਾਡਾ ਜੋ ਹੈ ਉਹ ਜੀਵਨ ਬੜਾ ਹੀ ਸੌਖਾ ਜੋ ਹੈ ਔਰ ਬਿਨਾ ਬਿਮਾਰੀ ਰਹਿਤ ਜੋ ਹੈ ਉਹ ਹੋ ਸਕਦਾ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਰਵੀ ਬਖਸ਼ ਸਿੰਘ ਪ੍ਰੋ ਪੰਜਾਬ ਟੀਵੀ ਅੰਮ੍ਰਿਤਸਰ